ਫਿਰੋਜ਼ਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕਾ ਲਗਾਇਆ ਤੇ ਮੋਟਰਸਾਈਕਲ ਸਵਾਰ ਨੂੰ ਕਾਬੂ ਕਰਕੇ ਤਲਾਸ਼ੀ ਲੈਣ ਦੌਰਾਨ 2 ਕਿਲੋ 500 ਗ੍ਰਾਮ ਹੈਰੋਇਨ ਅਤੇ 5 ਲੱਖ ਦੇ ਨਸ਼ੀਲੇ ਪਦਾਰਥ ਅਤੇ ਕਾਰਤੂਸ ਸਮੇਤ 3 ਸਮਗਲਰਾਂ ਨੂੰ ਕਾਬੂ ਕਰਨ ਸਫਲਤਾ ਹਾਸਲ ਕੀਤੀ। ਉਹਨਾਂ ਦੱਸਿਆ ਕਿ ਇਹਨਾਂ ਸਮਗਲਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹਰ ਜਾਣਕਾਰੀ ਸਾਹਮਣੇ ਆ ਸਕੇ। ਪੰਜਾਬ ਵਿੱਚ ਸੱਤਾ ਪਰਿਵਰਤਨ ਦੇ ਬਾਵਜੂਦ ਨਸ਼ੇ ਦਾ ਧੰਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਸ਼ੀਲੇ ਪਦਾਰਥਾਂ ਦਾ ਬਰਾਮਦ ਹੋਣਾ ਅਤੇ ਨਸ਼ੇ ਦੇ ਦੌਰਾਨ ਨੌਜਵਾਨਾਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਪਰ 3 ਸਮਗਲਰਾਂ ਨੂੰ ਕਾਬੂ ਕਰਕੇ 2 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਕੋਲੋਂ 5 ਲੱਖ ਦੀ ਹੈਰੋਇਨ ਅਤੇ ਡਰੱਗ ਮਨੀ ਵੀ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਮਗਲਰਾਂ ਨੂੰ ਕਾਬੂ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹ ਲੋਕ ਨਸ਼ਾ ਕਿੱਥੋਂ ਲੈ ਕੇ ਆਉਂਦੇ ਨੇ ਅਤੇ ਕਿਸ ਨੂੰ ਸਪਲਾਈ ਕਰਦੇ ਹਨ ਇਸ ਦਾ ਪਤਾ ਲੱਗ ਸਕੇ ਤਾਂ ਜੋ ਇਸ ਨਸ਼ੇ ਦੇ ਕਾਰੋਬਾਰ ਨੂੰ ਖਤਮ ਕੀਤਾ ਜਾ ਸਕੇ। ਵਿੱਚ 3 ਨਸ਼ਾ ਤਸਕਰ ਫੜੇ ਹੈਗੇ ਆ ਜੀ, ਇਹ ਕਿੱਥੋਂ ਸਰ ਫੜੇ ਆ, ਕਿੰਨੀ ਇਹਨਾਂ ਕੋਲ ਹੀਰੋਇਨ ਫੜੀ ਹੈਗੀ ਹੈ ਅਤੇ ਕੀ ਸਮਾਨ ਇਹਨਾਂ ਕੋਲ ਬਰਾਮਦ ਹੋਇਆ ਜੀ? ਸਭ ਤੋਂ ਪਹਿਲਾਂ ਤਾਂ ਜੋ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚਲਾਈ ਹੋਈ ਹੈ ਨਸ਼ੇ ਦੇ ਅਗੇਂਸਟ, ਉਸ ਦੇ ਵਿੱਚ ਚੱਲਦੇ ਹੋਏ ਡੀ ਆਈ ਸਾਹਿਬ ਅਤੇ SSP ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸਾਡੀ ਟੀਮ ਜਿਹੜੀ ਹੈ ਕੰਮ ਕਰ ਰਹੀ ਹੈ ਜ਼ਿਲ੍ਹੇ ਦੇ ਵਿੱਚ। ਕੱਲ੍ਹ ਸਾਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਸਦਰ ਫਿਰੋਜ਼ਪੁਰ SHO ਨੂੰ ਔਰ ਉਹਨਾਂ ਦੀ ਟੀਮ ਨੂੰ, ਅਤੇ ਨਾਕਾ ਲਾ ਕੇ ਮਧਰੇ ਫਾਟਕਾਂ 'ਤੇ ਅਸੀਂ ਜਿਹੜਾ ਹੈਗਾ 3 ਨੌਜਵਾਨਾਂ ਨੂੰ ਅਸੀਂ ਰਾਊਂਡ ਅਪ ਕੀਤਾ ਅਤੇ ਉਹਨਾਂ ਕੋਲੋਂ 2.5 ਕਿਲੋ ਦੇ ਕਰੀਬ ਜਿਹੜੀ ਹੀਰੋਇਨ, 5 ਲੱਖ ਦੇ ਕਰੀਬ ਜਿਹੜਾ ਡਰੱਗ ਮਨੀ, ਪਿਸਟਲ, ਜਿੰਦਾ ਕਾਰਤੂਸ ਅਤੇ 1 ਮੋਟਰਸਾਈਕਲ ਜਿਹੜਾ ਹੈਗਾ ਅਸੀਂ ਉਹਨਾਂ ਤੋਂ ਬਰਾਮਦ ਕੀਤਾ। ਸਰ, ਜਿਹੜੀ ਇਹ ਨਸ਼ਾ ਫੜਿਆ ਹੈਗਾ ਇਹ ਕਿੱਥੋਂ ਆਇਆ ਹੈਗਾ ਸੀ ਜਿਹੜਾ ਇਹਨਾਂ ਦੇ ਕੋਲ 2-2.5 ਕਿਲੋ ਦੇ ਕਰੀਬ? ਇਹਨਾਂ ਨੇ ਇੱਕ ਇਹਨਾਂ ਦਾ ਸਾਥੀ ਹੈ ਲਵਪ੍ਰੀਤ ਲਵੀ, ਉਹ ਜਿਹੜਾ ਹੈਗਾ ਉਹਨਾਂ ਤੋਂ ਇਹ ਲੈ ਕੇ ਆਇਆ ਸੀਗਾ ਗੁਰਜੀਤ, ਔਰ ਪਿਛਲੇ ਕਾਫੀ ਸਮੇਂ ਤੋਂ ਸਾਨੂੰ ਉਹ ਵੀ ਲੜਿੰਦਾ ਅਤੇ ਇਹਨਾਂ 'ਤੇ ਵੀ ਅਲੱਗ ਅਲੱਗ ਥਾਣਿਆਂ ਦੇ ਵਿੱਚ ਅਲੱਗ ਅਲੱਗ ਕ੍ਰਾਈਮ ਨਾਲ ਰਿਲੇਟਡ FIR ਦਰਜ ਨੇ। ਅਤੇ ਸਰ, ਇਹ ਜਿਹੜੇ ਹੈਗੇ ਨੇ ਇਹ ਆਪਸ 'ਚ ਲਿੰਕਅਪ ਕਿੱਦਾਂ ਹੋਏ? ਜਿਹੜੇ ਹਥਿਆਰ ਹੈ ਉਹ ਕਿੱਥੋਂ ਦੇ ਹੈਗੇ ਨੇ ਤਾਂ ਇਹ ਕਿੱਥੇ ਕਿੱਥੇ ਵੇਚਦੇ ਹੈਗੇ ਸੀ? ਇਹ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਹੀ ਇਹ ਸਪਲਾਈ ਜਿਹੜੀ ਹੈ ਕਰ ਰਿਹਾ ਸੀਗਾ। ਇਹ ਲਵਪ੍ਰੀਤ ਲਵੀ ਦੀ ਜਿਹੜੀ ਹੈਗੀ ਆ ਇਹ ਇੱਕ ਫਿਰੋਜ਼ਪੁਰ ਦੇ ਵਿੱਚ ਜਿਹੜੀ ਹੈ ਡਰੱਗ ਲਾਈਨ ਚੱਲ ਰਹੀ ਸੀਗੀ, ਚੇਨ ਸੀਗੀ, ਉਹ ਅਸੀਂ ਤੋੜਨ ਵਿੱਚ ਕਾਮਯਾਬ ਹੋਏ ਹਾਂ। ਔਰ ਜਿਹੜੇ ਹੈਗੇ ਵੈਪਨ ਹੈਗੇ ਆ, ਜਿੰਨੇ ਵੀ ਇਹ ਕ੍ਰਿਮੀਨਲ ਹੈਗੇ ਆ, ਆਪਦੀ ਸੇਫਟੀ ਵਾਸਤੇ ਇਹ 2 ਨੰਬਰ ਦੇ ਵੈਪਨ ਇਹ ਰੱਖਦੇ ਆ। ਤਾਂ ਇਹਨਾਂ ਨੂੰ ਕਿੱਥੋਂ ਸਰ ਫੜਿਆ ਗਿਆ ਹੈਗਾ? ਇਹ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਮਧਰੇ ਫਾਟਕਾਂ ਤੋਂ ਅਸੀਂ। ਕਿੰਨੇ ਦੋਸ਼ੀ ਸਰ ਗ੍ਰਿਫਤਾਰ ਹੋਏ? 3 ਦੋਸ਼ੀ ਰਾਊਂਡ ਅਪ ਕੀਤੇ ਆ ਜੀ, ਅਸੀਂ 3 ਦੋਸ਼ੀ ਫੜੇ ਆ, ਔਰ ਜਿਹਦੇ ਵਿੱਚ ਜਿਹੜੇ ਅਲੱਗ ਅਲੱਗ ਤਰ੍ਹਾਂ ਦੀ ਤੁਹਾਨੂੰ ਦੱਸ ਦਿੱਤੀ ਆ ਕਿ 2.5 ਕਿਲੋ ਹਿਰਨ, 5 ਲੱਖ ਜਿਹੜਾ ਡਰੱਗ ਬਣੀ ਆ ਜੀ, ਅਤੇ ਜਿਹੜੇ ਹੈਗੇ ਆ ਜੀ 1 ਪਿਸਟਲ ਨਾਲ ਜਿੰਦਾ ਕਾਰਤੂਸ 15 ਨੇ। ਸਰ, ਇਹ ਪਾਕਿਸਤਾਨ ਤੋਂ ਆਈ ਸੀਗੀ ਹੀਰੋਇਨ? ਬੇਸਿਕਲੀ ਆਈ ਤਾਂ ਪਾਕਿਸਤਾਨ ਤੋਂ ਆ, ਪਰ ਜਿਹੜੀ ਹੈਗੀ ਆ ਜੀ ਇਹਨਾਂ ਕੋਲ ਨੈਕਸਟ ਚੇਨ 'ਚ ਆਈ ਆ, ਜਿਹੜੇ ਬਾਰਡਰ ਤੋਂ ਲੈ ਕੇ ਆਏ ਨੇ ਹੋਰ ਨੇ। ਬਿਲਕੁਲ ਜੀ, ਅੱਜ ਇਹਨਾਂ ਨੂੰ ਜਿਹੜਾ ਹੈਗਾ ਅਸੀਂ ਰਿਮਾਂਡ ਲਵਾਂਗੇ, ਔਰ ਰਿਮਾਂਡ ਦੇ ਤਹਿਤ ਜਿਹੜੀਆਂ ਵੀ ਗੱਲਾਂ ਜਾਂ ਜਿਹੜੇ ਦੀ ਵੀ ਇਨਵੋਲਵਮੈਂਟ ਹੋਰ ਹੋਊਗੀ ਅਸੀਂ ਨੋਮੀਨੇਟ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ। ਸਰ, ਇਹਨਾਂ ਦੇ ਪਹਿਲਾਂ ਕਿਹੜੇ ਕਿਹੜੇ ਮਾਮਲੇ ਦਰਜ ਹੈਗੇ ਆ ਔਰ ਕਿਸ ਕਿਸ ਚੀਜ਼ ਦੇ ਹੈਗੇ ਆ? ਜਿਹੜਾ ਗੁਰਜੀਤ ਆ ਜੀ ਇਹਦੇ 'ਤੇ 307 ਅਤੇ ਹੋਰ ਜਿਹੜੇ ਹੈਗੇ ਆ ਘਰੇਲੂ ਲੜਾਈਆਂ ਦੇ ਪਰਚੇ ਦਰਜ ਆ। ਜਿਹੜਾ ਸਾਗਰ ਆ ਉਹਦੇ 'ਤੇ 399-402 ਦਾ ਪਰਚਾ ਦਰਜ ਆ ਜੀ, ਪਿਛਲੇ ਦਿਨੀ ਇਹ ਜਿਹੜਾ ਹੈਗਾ ਬੇਲ 'ਤੇ ਆਇਆ। ਅਤੇ ਜਿਹੜਾ ਹੈਗਾ ਸੰਦੀਪ ਸਿੱਪੀ ਉਹ 'ਤੇ ਵੀ ਲੜਾਈਆਂ ਦੇ ਪਰਚੇ ਦਰਜ ਹੋਏ। ਥੈਂਕ ਯੂ।